नमस्कार जी, मैं हाँ तुहाडा अपना बलविंदर हाली ते तुसी देख रहे हो पंजाब डेयरी। इस वेले पहुंचे हुए हैं किसानों ने जिथे जाम किया है नैशनल हाईवे चहलों वाला पुल है ये, इत्थे पहुंचे हुए हैं। थले किसान यूनियन ने संघर्ष जिहड़ा संयुक्त मोर्चा उन्होंने कहण ते जिहड़ा उन्होंने अज ऐलान सीगा बंद किया जाना सी 27 दा, वो बंद किया होया। किसान यूनियन सारिया लगभग इकट्ठिया हुई पिंडां तो लोग पहुंचे हुए आ, मुलाजम पहुंचे हुए आ, लगभग सारे ही इत्थे इकट्ठे हुए आ। अज ऐतकी कोई भी मुलाजम जथेबंदी है जिहड़ी इत्थे नहीं है क्योंकि इत्थे ना पहुंची होवे पहुंची हुई है। तो जिहड़े किसान आगू आए ज़्यादातर ये कह रहे हैं कि इत्थे लोग आ जिहड़े किसान आ वो इन्हां संघर्षां दे विच इस तरह का रोल अदा करन कि चिड़ी वाला रोल अदा करन कि हर एक बंदा कि चिड़ी ने अपना रोल अदा किया पग भजाउण दे विच उस तरह का अपना रोल अदा करन ते इस तरह का रोल अदा ना करन कि पहाड़ा सिंह वांग कोई पहाड़ा सिंह सी यार फरंगियां दा ते सिंघां नाल उसकी गैर सानी उस वांग गदारी ना करती जाए चिड़ी वाला रोल किया। किसानों की अज यही सारे अपील कर रहे हैं, सारे किसान यही संबोधन कर रहे हैं ते आओ तुहानूं लैके चलदे हां लाइव दिखाउणे आ कि संबोधन कर रहे ने भारतीय किसान यूनियन उगराहां दे आगू। ਮਰੀਆਂ ਕੋਸ਼ਿਸ਼ਾਂ ਕੀਤੀਆਂ, ਮਰੀਆਂ ਚਾਲਾਂ ਚੱਲੀਆਂ ਇਸ ਸੰਘਰਸ਼ ਨੂੰ ਖਤਮ ਕਰਨ ਵਾਸਤੇ, ਔਰ ਜੋ ਤੁਹਾਡੀ ਲਗਨ ਤੁਹਾਡੀ ਭਾਵਨਾ ਤੁਹਾਡਾ ਪੱਕਾ ਇਰਾਦਾ ਜੋ ਹੈ ਸਰਕਾਰ ਨੂੰ ਹਮੇਸ਼ਾ ਫੇਲ ਕਰਦਾ ਰਿਹਾ। ਆ ਪਿਛਲੇ ਦਿਨ ਜਦ ਸਾਰੀਆਂ ਚਾਲਾਂ ਖਤਮ ਹੋ ਗਈਆਂ ਤਾਂ ਫਿਰ ਕਰਨਾਲ ਦੇ ਵਿੱਚ ਇੱਕ ਵਾਰ ਡਾਂਗ ਸੋਟੀ ਵਾਲਾ ਕੁੱਟਮਾਰ ਕਰਨ ਵਾਲਾ ਤਰੀਕਾ ਅਪਣਾਇਆ ਸਰਕਾਰ ਨੇ। ਸਾਡਾ ਇੱਕ ਕਿਸਾਨ ਸ਼ਹੀਦ ਹੋਇਆ, ਸੱਟਾਂ ਲੱਗੀਆਂ, ਪਰ ਸਰਕਾਰ ਦੇ ਜੋ ਮਨਸੂਬੇ ਸੀ ਉਸਦੇ ਉਲਟ ਪਏ। ਸਾਡਾ ਜੋ ਸੰਘਰਸ਼ ਹੋਰ ਉੱਪਰ ਉਭਰਿਆ ਤੁਹਾਡੇ ਸਹਿਯੋਗ ਦੇ ਨਾਲ। ਸਰਕਾਰ ਕਹਿੰਦੀ ਸੀ ਕਿ ਸੰਘਰਸ਼ ਪੰਜਾਬ ਦਾ ਹੀ ਸੰਘਰਸ਼ ਹੈ, ਪੰਜਾਬ ਦੇ ਲੋਕ ਹੀ ਇਹ ਸੰਘਰਸ਼ ਨੂੰ ਚਲਾ ਰਹੇ ਹੈ, ਪਰ ਫਿਰ ਕਹਿਣ ਲੱਗ ਪਈ ਹਰਿਆਣਾ ਨਾਲ ਹੈ। ਪਰ ਜਦ ਮੁਜ਼ੱਫਰਨਗਰ ਪਿਛਲੇ ਦਿਨੀ ਜਦ ਉੱਥੇ ਕਾਨਫਰੰਸ ਹੋਈ, ਜਿਹੜੇ ਵੀ ਗਏ ਹੈ ਦੇਖਿਆ, ਉਹਨਾਂ ਨੇ ਕੋਈ ਸੜਕਾਂ ਨਹੀਂ ਚੱਲ ਰਹੀਆਂ ਸੀ ਸੰਗਤ ਨੂੰ, ਕੋਈ ਪੁਲ ਨਹੀਂ ਚੱਲ ਰਹੇ ਸੀ, ਕੋਈ ਉਹ ਵੱਡਾ ਗਰਾਊਂਡ ਨਹੀਂ ਚੱਲ ਰਿਹਾ ਸੀ। ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਇਕੱਤਰ ਹੋ ਕੇ ਸਰਕਾਰ ਨੂੰ ਦੱਸ ਦਿੱਤਾ ਕਿ ਜੋ ਸੰਘਰਸ਼ ਹੈ ਇਹ ਇਕੱਲੇ ਪੰਜਾਬ ਦਾ ਸੰਘਰਸ਼ ਨਹੀਂ, ਇਹ ਇਕੱਲੇ ਹਰਿਆਣੇ ਦਾ ਸੰਘਰਸ਼ ਨਹੀਂ ਹੈ, ਇਹ ਸਾਰੇ ਦੇਸ਼ ਦਾ ਸੰਘਰਸ਼ ਹੀ ਨਹੀਂ ਰਹਿ ਗਿਆ, ਇਹ ਤਾਂ ਸਾਰੀ ਦੁਨੀਆ ਦਾ ਸੰਘਰਸ਼ ਬਣ ਗਿਆ। ਅੱਜ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੀ ਇਹ ਬਿਆਨ ਦਿੰਦੀਆਂ ਮੋਦੀ ਨੂੰ ਕਿ ਪ੍ਰਾਈਮ ਮਿਨਿਸਟਰ ਸਾਹਿਬ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ, ਤੁਹਾਨੂੰ ਗੱਲ ਸੁਣਨੀ ਚਾਹੀਦੀ ਹੈ, ਕਿਸਾਨਾਂ ਦੀ ਨਵੇੜਾ ਕਰਨਾ ਚਾਹੀਦਾ। ਜਿਹੜਾ ਪ੍ਰਧਾਨ ਮੰਤਰੀ ਹਰ ਰੋਜ਼ ਬਾਹਰਲੇ ਦੇਸ਼ਾਂ ਦੀਆਂ ਉਡਾਨਾਂ ਭਰਦਾ ਸੀ, ਆ ਕੱਲ ਪਰਸੋਂ ਗਿਆ ਅਮਰੀਕਾ, ਕੀ ਹਾਲ ਹੋਇਆ, ਕਿੰਨਾ ਵਿਰੋਧ ਹੋਇਆ, ਇਹ ਸਾਰਾ ਤੁਹਾਡੀ ਭਾਵਨਾ ਦਾ, ਤੁਹਾਡੇ ਸੱਚੇ ਸੰਘਰਸ਼ ਦਾ, ਜੋ ਤੁਸੀਂ ਜਨਤੀ ਲੜਾਈ, ਲੋਕਾਂ ਦੀ ਲੜਾਈ, ਸਾਰੇ ਦੇਸ਼ ਦੀ ਲੜਾਈ, ਰੋਜ਼ੀ ਰੋਟੀ ਦੀ ਲੜਾਈ ਜੋ ਹੈ ਤੁਸੀਂ ਲੜ ਰਹੇ ਹੋ, ਇਹ ਸਾਰਾ ਉਸੇ ਲਈ ਹੈ, ਇਹ ਸਿੱਟ ਹੈ ਭਰਾਵੋ। ਇਹ ਸੰਘਰਸ਼ ਦੇ ਵਿੱਚ ਐਡਾ ਸੌਖਾ ਨਹੀਂ ਚੱਲ ਰਿਹਾ, ਚਾਹੇ ਸਰਕਾਰਾਂ ਅੱਜ ਕੁਝ ਦੱਸ ਨਹੀਂ ਰਹੀਆਂ। 600 ਤੋਂ ਉੱਪਰ ਸਾਡਾ ਕਿਸਾਨ ਭਰਾ ਉੱਥੇ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਿਆ, ਸ਼ਹਾਦਤ ਪਾ ਗਿਆ। ਅਸੀਂ ਉਹਨਾਂ ਸ਼ਹਾਦਤਾਂ ਨੂੰ ਵੀ ਦੇਖਣਾ, ਉਹਨਾਂ ਦਾ ਭਰਾਵੋ ਮੁੱਲ ਪਾਉਣਾ। ਕੋਈ ਇਕੱਲਾ ਇਕੱਲਾ ਕਿਸਾਨ ਭਰਾ ਸੀ ਚੱਲਿਆ ਗਿਆ, ਰੋਜ਼ੀ ਰੋਟੀ ਦਾ ਮਸਲਾ ਚੱਲਿਆ ਗਿਆ, ਕੋਈ ਭੈਣਾਂ ਦਾ ਇਕੱਲਾ ਭਰਾ ਸੀ ਉਹ ਚੱਲਿਆ ਗਿਆ, ਕਿਸੇ ਦਾ ਬਾਪ ਚੱਲਿਆ ਗਿਆ। 600 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋ ਗਏ ਨੇ। ਸਰਕਾਰਾਂ ਚਾਹੇ ਭਰਾਵੋ ਅੱਜ ਉਹਨਾਂ ਦਾ ਮੁੱਲ ਨਹੀਂ ਪਾ ਰਹੀਆਂ, ਪਰ ਇਹ ਜੋ ਸੰਘਰਸ਼ ਹੈ ਆਮ ਸੰਘਰਸ਼ ਨਹੀਂ, ਇਹ ਇੱਕ ਇਤਿਹਾਸਿਕ ਸੰਘਰਸ਼ ਹੈ, ਇਹ ਇੱਕ ਆਜ਼ਾਦੀ ਹੈ, ਇੱਕ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਨੇ ਹੋਈ ਸੀ, ਅੰਗਰੇਜ਼ਾਂ ਨੂੰ ਕੱਢਣ ਵਾਸਤੇ ਇੱਕ ਆਜ਼ਾਦੀ ਦੀ ਲੜਾਈ, ਸਾਡੀ ਆਰਥਿਕ ਲੜਾਈ, ਸਾਡੀ ਰੋਜ਼ੀ ਰੋਟੀ ਦੀ ਲੜਾਈ, ਇਹ ਮਜ਼ਦੂਰਾਂ ਦੀ ਲੜਾਈ, ਦੁਕਾਨਦਾਰਾਂ ਦੀ ਲੜਾਈ ਜੋ ਅਸੀਂ ਅੱਜ ਲੜ ਰਹੇ ਹਾਂ, ਇਹ ਵੀ ਉਹ ਸੰਘਰਸ਼ ਹੈ, ਇਹਦਾ ਵੀ ਇਤਿਹਾਸ
ਉਹਵੇਂ ਬਣਨਾ ਹੈ ਜਿਵੇਂ ਸਾਡਾ ਆਜ਼ਾਦੀ ਦਾ ਇਤਿਹਾਸ ਬਣਿਆ, ਜਿਵੇਂ ਹੋਰ ਸਾਡੇ ਵਡੇਰਿਆਂ ਦੇ ਇਤਿਹਾਸ ਬਣੇ, ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਹੋਰ ਇਤਿਹਾਸ ਬਣੇ। ਇਹ ਵੀ ਇਤਿਹਾਸਕਾਰ ਇਤਿਹਾਸ ਲਿਖ ਰਹੇ ਹੈ ਤੁਹਾਡਾ। ਇਸ ਵਿੱਚ ਬੀਤਿਆ ਇੱਕ ਇੱਕ ਪਲ ਜੋ ਤੁਸੀਂ ਇੱਥੇ ਬੈਠੇ ਹੋ ਅਜਾਈ ਨਹੀਂ ਹੈ, ਇਹ ਲੱਗਣਾ ਤੁਹਾਡਾ ਲਿਖੇ ਇਤਿਹਾਸ ਦੇ ਵਿੱਚ। ਇਹਦਾ ਨਾਮ ਆਉਣਾ ਜਿਹਦਾ ਨਾਮ ਨਾ ਵੀ ਆਇਆ, ਜਾਂ ਸੱਥਾਂ ਵਿੱਚ ਪਿੰਡਾਂ ਦੀਆਂ ਸੱਥਾਂ ਵਿੱਚ ਸਮਾਂ ਬੀਤਣ ਤੇ ਸਾਡੀਆਂ ਅਗਲੀਆਂ ਕਿਸ਼ਤਾਂ ਜਦ ਚੱਲਦੀਆਂ ਗਈਆਂ, ਸਮਾਂ ਬੀਤਦਾ ਜਾਣਾ ਤਾਂ ਫਿਰ ਜਦ ਸੱਥਾਂ ਵਿੱਚ ਗੱਲਾਂ ਹੋਇਆ ਕਰਨਗੀਆਂ, ਉਹ ਪਰਿਵਾਰ ਜਿਨ੍ਹਾਂ ਦੀ ਹਾਜ਼ਰੀ ਇਸ ਸੰਘਰਸ਼ ਵਿੱਚ ਨਹੀਂ ਲੱਗੀ ਪਛਤਾਉਣਗੇ। ਜਦ ਜਿਨ੍ਹਾਂ ਦੀ ਹਾਜ਼ਰੀ ਲੱਗੀ ਹੈ, ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ, ਉਹਨਾਂ ਦੇ ਪੁੱਤ ਪੋਤਰੇ ਜਦ ਗੱਲਾਂ ਕਰਿਆ ਕਰਨਗੇ ਕਿ ਸਾਡਾ ਦਾਦਾ, ਸਾਡਾ ਚਾਚਾ, ਸਾਡਾ ਭਰਾ ਉੱਥੇ ਗਿਆ ਸੀ, ਉਹ ਸ਼ਹੀਦੀ ਪਾ ਗਿਆ ਸੀ, ਸਾਡਾ ਭਰਾ ਉੱਥੇ 10 ਮਹੀਨੇ ਬੈਠਾ ਰਿਹਾ, ਸਾਡਾ 4 ਮਹੀਨੇ ਬੈਠਾ ਰਿਹਾ। ਜਦ ਫਿਰ ਉੱਚਾ ਕਰਕੇ ਗੱਲਾਂ ਕਰਨਗੇ ਤਾਂ ਉਹ ਲੋਕ ਜੋ ਇੱਥੇ ਹਾਲੇ ਵੀ ਸ਼ਾਮਲ ਨਹੀਂ ਹੋਏ ਪਛਤਾਉਣਗੇ। ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਪਿੰਡਾਂ ਵਿੱਚ, ਉਦਾਂ ਦੁਕਾਨਦਾਰ ਵੀਰ ਵੀ ਸਾਡੇ ਨਾਲ ਸ਼ੁੱਕਰਵਾਰ ਜਾਂਦੇ ਆ, ਐਤਵਾਰ ਸ਼ਾਮ ਨੂੰ ਆਉਂਦੇ ਆ ਸਮਾਂ ਕੱਢ ਕੇ, ਦੁਕਾਨਦਾਰ ਵੀਰ ਵੀ ਸਾਡੇ ਨਾਲ ਜਾਣ ਲੱਗ ਪਏ ਆ। ਸੋ ਭਰਾਵੋ, ਇਹ ਕਹਿੰਦੇ ਆ ਕੀ ਪ੍ਰਾਪਤ ਕੀਤਾ, ਕੋਈ ਨੈਗੇਟਿਵ ਸੋਚ ਵਾਲੇ ਲੋਕ ਕਹਿੰਦੇ ਆ ਕੀ ਪ੍ਰਾਪਤ ਕੀਤਾ ਸੰਘਰਸ਼ ਤੋਂ, ਕੀ ਖੱਟਿਆ, ਕੁਝ ਨੀ ਹੋਇਆ। ਹੋਇਆ ਕੀ ਨੀ, ਲੈਣ ਤਾਂ ਸੀ 26 ਨਵੰਬਰ ਤੋਂ ਲੱਗ ਕੇ, ਅਸਲ ਤਾਂ ਸਾਨੂੰ 26 ਨਵੰਬਰ 2020 ਤੋਂ ਜਦ ਅਸੀਂ ਸ਼ੁਰੂ ਕੀਤਾ, ਜਦ ਅਸੀਂ ਤੁਰੇ ਸੀ ਇੱਥੋਂ ਟਰੈਕਟਰ ਟਰਾਲੇ ਲੈ ਕੇ, ਉਦੋਂ ਹਾਸਲ ਹੋ ਗਿਆ ਸੀ। ਜਦ ਇਹ ਸਰਕਾਰਾਂ ਕਹਿੰਦੀਆਂ ਸੀ, ਖੱਟਰ ਸਰਕਾਰ ਹਰਿਆਣਾ ਦੀ ਕਹਿੰਦੀ ਸੀ ਕਿ ਇਹਨਾਂ ਲੋਕਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਰੋਕ ਦੇਵਾਂਗੇ, ਇਹਨਾਂ ਨੂੰ ਜਾਣ ਨਹੀਂ ਦੇਵਾਂਗੇ, ਤਾਂ ਉੱਥੇ ਇਹਨਾਂ ਦੇ ਹਰਿਆਣਾ ਦੇ ਬਾਰਡਰ ਕੀ, ਅਸੀਂ ਦਿੱਲੀ ਦੇ ਬਾਰਡਰ ਤੋੜ ਕੇ ਵੀ ਜਾ ਕੇ ਪੁਰਾਣੇ ਗਰਾਊਂਡ ਤੇ ਸਾਡੇ 50 ਟਰਾਲੀਆਂ ਸਾਡੀਆਂ ਦਿੱਲੀ ਦੇ ਹੱਕ ਤੇ ਬਹਿ ਗਈਆਂ। ਪਹਿਲੀ ਪ੍ਰਾਪਤੀ ਤਾਂ ਸਾਨੂੰ ਉਦੋਂ ਹੋ ਗਈ ਸੀ ਭਰਾਵੋ, ਕੀ ਪ੍ਰਾਪਤੀ ਨਹੀਂ ਹੋਈ, ਸਾਡਾ ਭਾਈਚਾਰਾ ਨਹੀਂ ਬਣਿਆ, ਕਦੇ ਇੰਨੇ ਲੋਕ ਇਕੱਠੇ ਹੋਏ ਸੀ, ਕਦੇ ਸਮਾਂ ਸੀ ਪੰਜਾਬ ਤੇ ਹਰਿਆਣਾ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਦਾ ਸੀ। ਅੱਜ ਇਹ ਹਰਿਆਣਾ ਆਪ ਕਹਿੰਦਾ ਕਿ ਪੰਜਾਬ ਸਾਡਾ ਵੱਡਾ ਭਰਾ, ਔਰ ਪੰਜਾਬ ਨੂੰ ਵੱਡਾ ਭਰਾ ਮੰਨਦਾ, ਹਰਿਆਣਾ ਸਾਡਾ ਛੋਟਾ ਭਰਾ। ਗੱਲ ਵੱਕਰੀ ਪਾ ਕੇ ਅਸੀਂ ਉੱਥੇ ਜਿਹੜੇ ਜਾਂਦੇ ਆ ਪੈਂਦੇ ਆ, ਉਹਨਾਂ ਦੇ ਆਸਰੇ ਸਾਡਾ ਅੱਜ ਤੱਕ ਖਾਣ ਪਾਣ, ਸਾਡੀ ਲੱਸੀ, ਸਾਡਾ ਦੁੱਧ, ਸਾਡੇ ਲੰਗਰ, ਸਾਡੇ ਭਰਾ ਸਾਡਾ ਪ੍ਰਬੰਧ ਕਰਦੇ ਆ ਕਿ ਸਾਡੀ ਇਹ ਪ੍ਰਾਪਤੀ ਨਹੀਂ ਹੈ, ਇਹ ਭਰਾਵੋ ਸਾਡੀ ਪ੍ਰਾਪਤੀ ਹੈ। ਕਦੇ ਵੱਡੀ ਪ੍ਰਾਪਤੀ ਦੱਸਦੇ, ਕਦੇ ਸੁਣਿਆ ਸੀ ਕਿ ਦੇਸ਼ ਦੇ ਵਿੱਚ ਬਰਾਬਰ 2 ਪਾਰਲੀਮੈਂਟਾਂ ਚੱਲਦੀਆਂ ਹੋਣ, ਕਦੇ 2 ਪਾਰਲੀਮੈਂਟਾਂ ਚੱਲਦੀਆਂ ਦੇਖੀਏ, ਆ ਚੱਲਿਆ ਸੀ ਸੈਸ਼ਨ, ਤੁਸੀਂ ਸਾਰਿਆਂ ਨੇ ਦੇਖਿਆ, ਬਹੁਤ ਸਾਰੇ ਗਏ ਆ, ਮੈਂ ਵੀ ਜਾ ਕੇ ਆਇਆ ਪਾਰਲੀਮੈਂਟ ਦੇ ਵਿੱਚ, ਇੱਕ ਬਰਾਬਰ ਸੈਸ਼ਨ ਚੱਲਿਆ, ਇੱਕ ਬਰਾਬਰ ਸਪੀਕਰ ਬੈਠੇ, ਜਿਸ ਤਰ੍ਹਾਂ ਪਾਰਲੀਮੈਂਟ ਵਿੱਚ ਉਹ ਝੂਠੀ ਪਾਰਲੀਮੈਂਟ ਚੱਲਦੀ ਸੀ ਸਾਡੇ ਕਿਸਾਨਾਂ ਦੀ, ਸੱਚੀ ਪਾਰਲੀਮੈਂਟ, ਉਹੀ ਸਵਾਲ ਜਵਾਬ, ਉਹੀ ਜੋ ਵਿੱਤ ਮੰਤਰੀ ਹੈ, ਜੋ ਇਹਨਾਂ ਦਾ ਖੇਤੀਬਾੜੀ ਮੰਤਰੀ ਹੈ, ਉਹਨੂੰ ਸਸਪੈਂਡ ਕੀਤਾ ਗਿਆ, ਇੱਕ ਬਣਾ ਕੇ ਕਿਸਾਨਾਂ ਨੇ ਬਰਾਬਰ ਜੋ ਹੈ ਪਾਰਲੀਮੈਂਟ ਚੱਲੀ ਹੈ। ਇਹ ਛੋਟੀ ਪ੍ਰਾਪਤੀ ਹੈ, ਕਦੇ ਕਿਸਾਨਾਂ ਨੇ ਕਦੇ ਸੁਣਨ ਦੇ ਵਿੱਚ ਨਹੀਂ ਆਇਆ ਸੀ ਕਿ ਕਿਸਾਨਾਂ ਦੀ ਪਾਰਲੀਮੈਂਟ ਇਸ ਤਰ੍ਹਾਂ ਬਰਾਬਰ ਚੱਲ ਪਵੇ, ਸਰਕਾਰਾਂ ਕਦੇ ਚੱਲਣ ਦਿੰਦੀਆਂ, ਇਹ ਮੂੰਹ ਦੇ ਚਪੇੜ ਆ ਸਰਕਾਰ ਦੇ। ਭਰਾਵੋ, ਦੂਜੀ ਆਪਾਂ ਬੇਨਤੀ ਕਰੀਏ ਕਿ ਅਸੀਂ, ਮੈਂ ਕਿਸੇ ਇੱਕ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਦਾ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਪਰ ਮੈਂ ਇੱਕ ਬੇਨਤੀ ਕਰਦਾ, ਸਮਾਂ ਸੀ ਇਸ ਤੋਂ ਪਹਿਲਾਂ ਕਿ ਸਾਨੂੰ ਸਿਆਸੀ ਲੋਕਾਂ ਤੋਂ ਸਮਾਂ ਲੈਣਾ ਪੈਂਦਾ ਸੀ ਕਿ ਮਿਲਣਾ, ਅੱਜ ਨਹੀਂ ਸਮਾਂ, ਅੱਜ ਉਹ ਇੱਥੇ ਨਹੀਂ ਹੈ, ਅੱਜ ਉਹ ਉੱਥੇ ਗਏ ਨੇ, ਫਲਾਨਾ ਤੇ ਉੱਥੇ ਗਏ ਨੇ। ਸਮਾਂ ਆਇਆ, ਤਰਕ ਬਦਲਦਾ, ਇਹ ਤੁਹਾਡਾ ਸਾਰਾ ਇੱਕ ਹੈ। ਆ ਹੋਈ ਪਿੱਛੇ ਜਦ ਸਾਰੀਆਂ ਪਾਰਟੀਆਂ ਨਾਲ ਮੀਟਿੰਗ, ਤਾਂ ਸਿਆਸੀ ਪਾਰਟੀਆਂ ਸਮਾਂ ਮੰਗ ਰਹੀਆਂ ਸਨ ਕਿ ਸਾਡਾ ਸਮਾਂ ਕਦੋਂ ਹੈ, ਸਾਨੂੰ ਸਮਾਂ ਦਿਓ। ਬਾਹਰ ਖੜੇ ਲੋਕ, ਸਾਥੀ ਲੋਕ ਉਹੀ ਹੈ, ਉਹ ਸਮਾਂ ਮੰਗ ਰਹੇ ਸੀ ਕਿ ਸਾਡੀ ਪ੍ਰਾਪਤੀ ਨਹੀਂ ਹੈ। ਭਰਾਵੋ, ਇਹ ਸਾਰੀਆਂ ਸਾਡੀਆਂ ਪ੍ਰਾਪਤੀਆਂ, 10-10 ਮਹੀਨੇ, 12-12 ਮਹੀਨੇ ਲਗਾਤਾਰ ਸਾਡਾ ਸੈਸ਼ ਚੱਲੀ ਜਾਣਾ ਤੇ ਸੰਘਰਸ਼ ਹੈ, ਕੋਈ ਇੱਕ ਰੋਲ ਰੱਪਾ ਨਾ ਪੈਣਾ। ਇਹ ਜਾਂ ਤਾਂ ਫਿਰ ਤੁਹਾਡਾ ਇੱਕ ਹੈ, ਸਭ ਤੋਂ ਵੱਡੀ ਪਰਮਾਤਮਾ ਦੀ ਮੇਰਾ ਜੋ ਚਲਾ ਰਿਹਾ, ਕਦੇ ਸੁਣਿਆ ਨੀ ਇੱਡੇ ਵੱਡੇ ਸੰਘਰਸ਼ ਦੇ ਵਿੱਚ ਰਾਤ ਨੂੰ ਕੋਈ ਭੁੱਖਾ ਸੌਂਦਾ ਹੋਵੇ, ਸਾਰੇ ਭਰਾਵੋ ਰੱਜ ਕੇ ਸੌਂਦੇ ਆ, ਰੱਜ ਕੇ ਰੋਟੀ ਖਾਂਦੇ ਆ, ਭੈਣ ਭਰਾਵਾਂ ਨੂੰ ਰਹਿੰਦੇ ਆ,
ਸਾਡੇ ਪਰਿਵਾਰ ਦੇ ਦੋ ਚਾਰ ਜੀ ਉਹ ਵੀ ਮਹੀਨੇ ਵੀ ਨਹੀਂ ਅਸੀਂ ਵੀ ਲੜ ਪੈਂਦੇ ਹਾਂ ਪਰ ਕਦੇ ਖਬਰ ਨਹੀਂ ਆਈ ਕਿ ਇੱਡੇ ਵੱਡੇ ਸੰਘਰਸ਼ ਦੇ ਵਿੱਚ ਕੋਈ ਬੋਲਦਾ ਹੋਵੇ ਕੋਈ ਲੜਦਾ ਹੋਵੇ ਇੱਕ ਦੂਜੇ ਦੀ ਮਦਦ ਕਰਦੇ ਹੈ ਆ ਪੰਜਾਬ ਦੇ ਵਿੱਚ 30 ਜਥੇਬੰਦੀਆਂ ਸਾਡੀਆਂ 25 ਜਥੇਬੰਦੀਆਂ ਕਦੇ ਸਮਾਂ ਸੀਗਾ ਕਿ ਦੋ ਜਥੇਬੰਦੀਆਂ ਰਲ ਕੇ ਪ੍ਰੋਗਰਾਮ ਕਰ ਲੈਣ ਆ 30 ਇਕੱਠਾ ਬੈਠੀਆਂ ਕੋਈ ਵੀ ਉਨੀ ਕੀ ਨਹੀਂ ਕਰਦਾ ਕਿ ਸਾਡੀ ਪ੍ਰਾਪਤੀ ਨਹੀਂ ਹੈ ਆ ਸਾਰੇ ਭੈਣ ਭਰਾ ਸੀ ਪਿਆਰ ਦੇ ਨਾਲ ਸਾਰੀਆਂ ਜਥੀਆਂ ਜਥੇਬੰਦੀਆਂ ਸੁਜੋਤ ਮੋਰਚੇ ਦੇ ਨਾਂ ਤੇ ਇਕੱਤਰ ਹੋ ਕੇ ਸਾਰੇ ਕੰਮ ਕਰ ਰਹੇ ਹੈ ਭਾਵੇਂ ਸਾਡੀਆਂ ਪ੍ਰਾਪਤੀਆਂ ਪਰ ਮੈਂ ਇੱਕ ਬੇਨਤੀ ਕਰਾਂ ਆਖਰ ਦੇ ਵਿੱਚ ਕਿ ਕੋਈ ਸੰਘਰਸ਼ ਨੂੰ ਕਿਸੇ ਕੰਮ ਨੂੰ ਉੱਪਰ ਲੈ ਜਾਣਾ ਸੌਖਾ ਹੁੰਦਾ ਵਹਾ ਹੁੰਦਾ ਜਦ ਅਸੀਂ ਲੱਗਦੇ ਹਾਂ ਜ਼ਿਆਦਾ ਹੌਸਲਾ ਹੁੰਦਾ ਪਰ ਜਦ ਸਿਰੇ ਤੇ ਚਲਾ ਜਾਂਦਾ ਉੱਥੇ ਖੱਲਣਾ ਉਸ ਤੋਂ ਅੱਗੇ ਲੈ ਜਾਣਾ ਉਸ ਤੋਂ ਵੱਡਾ ਚੈਲੰਜ ਹੁੰਦਾ ਉਸ ਤੋਂ ਵੱਡਾ ਚੈਲੰਜ ਹੁੰਦਾ ਸਾਰੇ ਬਰਾਬਰ ਨਹੀਂ ਕੰਮ ਕਰ ਸਕਦੇ ਹੁੰਦੇ ਪਰ ਕਿਹੜੀ ਵਾਲੀ ਕਹਾਣੀ ਯਾਦ ਰੱਖੀਏ ਜਿਹੜੀ ਚੁੱਪ ਕਰਕੇ ਵੀ ਅੱਗ ਬਜਾਉਣ ਜਾਂਦੀ ਸੀ ਉਸਦਾ ਹਿੱਸਾ ਸੀ ਸੋ ਆਪਾਂ ਸਾਰਿਆਂ ਨੇ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਵਿੱਚ ਇਹ ਹੋਵੇ ਕਿ ਮੇਰਾ ਚਾਹੇ ਥੋੜਾ ਹਿੱਸਾ ਹੈ ਚਾਹੇ ਬਹੁਤਾ ਹਿੱਸਾ ਹੈ ਮੇਰਾ ਸੰਘਰਸ਼ ਦੇ ਵਿੱਚ ਹਿੱਸਾ ਹੈ ਪਹਾੜਾ ਸਿੰਘ ਵਾਲੀ ਗੱਲ ਨਾ ਬਣੇ ਜੋ ਸੰਘਰਸ਼ ਦੇ ਵੋਟ ਸੀ ਉਹ ਇਤਿਹਾਸ ਦੇ ਪੰਨਿਆਂ ਤੋਂ ਜੋ ਕਾਲੇ ਅੱਖਰ ਲਿਖੇ ਜਾਂਦੇ ਆ ਕਿਸੇ ਦੇ ਖਿਲਾਫ ਅੱਜ ਹੋਰ ਗੱਲ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਉਹਦੀਆਂ ਪੁਸਤਾਂ ਪਹੁੰਚਾਉਂਦੀਆਂ ਕਿ ਸਾਡਾ ਫਲਾਨਾ ਕਿਉਂ ਆਹ ਕੰਮ ਕਰ ਗਿਆ ਸੀ ਫਲਾਨਾ ਰਾਮ ਆਹ ਕੰਮ ਕਰ ਗਿਆ ਸੀ ਕਿ ਕਿਸਾਨੀ ਸੰਘਰਸ਼ ਚੱਲਦਾ ਸੀ ਉਸਨੇ ਆਹ ਮਾੜਾ ਕੰਮ ਕੀਤਾ ਉਸਨੇ ਸਹੀ ਕੰਮ ਨਹੀਂ ਕੀਤਾ ਸੋ ਆਪਾਂ ਕਿਹੜੀ ਵਾਲੀ ਗੱਲ ਕਰਨੀ ਹੈ ਪਹਾੜਾ ਸਿੰਘ ਵਾਲੀ ਗੱਲ ਨਹੀਂ ਕਰਨੀ ਤਗੜੇ ਹੋ ਕੇ ਆਪਾਂ ਇੱਕ ਮੈਂ ਬੇਨਤੀ ਹੋਰ ਕਰਨੀ ਹੈ ਜਾਣ ਵਾਲੇ ਸੰਘਰਸ਼ ਦੇ ਵਿੱਚ ਅਸੀਂ ਕੁਝ ਵਾਰ ਬੰਦੀ ਕੀਤੀ ਹੈ ਕਿ ਭਾਈ ਆਪਾਂ ਵਾਰੀ ਬਤਾ ਪੰਜ ਬੰਦੇ ਜਾਵਾਂਗੇ ਉਸਦੇ ਵਿੱਚ ਗਲਤ ਹੋ ਜਾਂਦਾ ਕਈ ਵਾਰ ਸੋਚ ਲੈਂਦੇ ਹੈ ਕਿ ਕੋਈ ਨੀ 100 ਬੰਦਾ ਹੈਗਾ ਪੰਜ ਬੰਦੇ ਜਾਣੇ ਹੈ ਵੀ 20 ਦਿਨ ਟੱਪ ਜਾਣਗੇ ਪੰਜ ਹਫਤੇ 20 ਹਫਤੇ ਟੱਪ ਜਾਣਗੇ 100 ਬੰਦੇ ਦੇ ਨਾਲ ਪੰਜਾਂ ਮਹੀਨਿਆਂ ਨੂੰ ਮੇਰੀ ਵਾਰੀ ਆਊ ਸੰਘਰਸ਼ ਆਏ ਨੀ ਲੜੇ ਜਾਣੇ ਬਦਲੋ ਥੋੜਾ ਸਿਸਟਮ ਇੱਕ ਮਹੀਨੇ ਦਾ ਕੰਮ ਬਣਾ ਲਓ ਕਿਸੇ ਕਮੇਟੀ ਨੂੰ ਨਾ ਡੀਕੋ ਕਿਸੇ ਕਹਿਣ ਵਾਲੇ ਨੂੰ ਨਾ ਡੀਕੋ ਇੱਕ ਮਹੀਨੇ ਦਾ ਸਮਾਂ ਬਣਾ ਲਓ ਕਿ ਜਿਹੜੇ ਅਸੀਂ ਲੀਡਰ ਉੱਥੇ ਬੈਠੇ ਹਾਂ ਜਿਹੜੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਅਸੀਂ ਤਾਂ ਉੱਥੇ ਹੀ ਗਏ ਹਾਂ ਪਰ ਤੁਸੀਂ ਆਮ ਜੋ ਅੱਗੇ ਵਾਰ ਬੰਦੀਆਂ ਜਾਂਦੇ ਹਾਂ ਇੱਕ ਮਹੀਨੇ ਦਾ ਸਮਾਂ ਬਣਾ ਲਓ ਕਿ ਇੱਕ ਮਹੀਨਾ ਇੱਥੇ ਲਾ ਕੇ ਪੰਜ ਅੱਠ ਦਿਨ ਜੋ ਹਫਤਾ ਹੈਗਾ ਉੱਥੇ ਲਾ ਕੇ ਆਉਣਾ ਬਸ ਡੈਰੀਆਂ ਘਰੇ ਲਾ ਲਓ ਕੋਈ ਨਾ ਵੇਖੋ ਫਲਾਨਾ ਕਿਉਂ ਨਹੀਂ ਜਾਂਦਾ ਕੋਈ ਨਾ ਵੇਖੋ ਫਲਾਨਾ ਕਿਉਂ ਨਹੀਂ ਜਾਂਦਾ ਇੱਕ ਮਹੀਨੇ ਬਾਅਦ ਇੱਕ ਹਫਤਾ ਆਪਾਂ ਉੱਥੇ ਲੈ ਕੇ ਆਉਣਾ ਸਮਾਂ ਜਿਹੜਾ ਆਪਣਾ ਬਹੁਤ ਨੇੜੇ ਹੈ ਸੰਘਰਸ਼ ਤੋਂ ਬਹੁਤ ਪ੍ਰਾਪਤੀਆਂ ਹੌਸਲੇ ਤੁਹਾਡੇ ਸਾਰਿਆਂ ਦੇ ਪ੍ਰਬੰਧ ਹੈ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਕੋਈ ਨਾ ਕੁਛ ਕਹਿੰਦਾ ਹੋਇਆ ਤਕੜੇ ਹੋ ਜਾਓ ਆਪਾਂ ਦਿੱਲੀ ਦੇ ਵਿੱਚ ਪਹਿਲਾਂ ਵਾਲੀ ਚਾਂਸ ਬੜਾ ਵੱਡਾ ਇਕੱਠ ਤੋਂ ਪਤਾ ਲੱਗਦਾ ਹੈ ਤੁਹਾਡੇ ਕੋਲ ਹੀ ਜੋਸ਼ ਹੈ ਜੋ 26 ਨਵੰਬਰ 2020 ਨੂੰ ਜਾਣ ਸਮੇਂ ਸੀ ਅੱਜ ਵੀ ਗੱਲਾਂ ਬੀਤੀਆਂ ਪੈਣਾ ਹੈ ਧੰਨਵਾਦ ਸਾਫ ਕਰਕੇ ਕਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਟਿਕਰੀ ਬਾਰਡਰ ਸਿੰਘੂ ਬਾਰਡਰ ਹੋਰ ਮੁੱਲਾਂ ਦੇ ਜਾ ਰਹੀਆਂ ਸੋ ਸਾਰਿਆਂ ਦਾ ਜੀਵਨ ਬਹੁਤ ਬਹੁਤ ਧੰਨਵਾਦ ਸਾਰੀਆਂ ਬੰਦ ਮੁਕੰਮਲ ਬੰਦ ਕਰਕੇ ਕਿਸਾਨ ਜਥੇਬੰਦੀ ਦਾ ਸਾਥ ਦੇ ਰਹੇ ਹਾਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀੜੇ ਕਾਲੇ ਕਾਨੂੰਨ ਕੀਤੇ ਜਾਣ ਮੰਗਾਂ ਮੰਨੀਆਂ ਜਾਣ ਕਾਲੇ ਕਾਨੂੰਨ ਕੀਤੇ ਜਾਣ ਲੰਬੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਗੁਰੂਆਂ ਤੇ ਬੈਠੇ ਆ ਕਾਲੇ ਕਾਨੂੰਨ ਬੋੜੀ ਲੈਣ ਕੇ ਨਹੀਂ ਸੀ ਆਉਂਦੇ ਉਦੋਂ ਇਹਨਾਂ ਬੱਚਿਆਂ ਨੇ ਜਾਨ ਕਰ ਰਹੀ ਆ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਇੱਕ ਵਾਰ ਰੱਦ ਕਰਨੇ ਪੈਣਗੇ ਇਹ ਦੇ ਵਿੱਚ ਅੱਜ ਸਾਰਾ ਪਾਰਟ ਦੇ ਬੰਦ ਤੇ ਪਰ ਦੇ ਬੰਦ ਸਾਡੇ ਇਹਨਾਂ ਚ ਸਫਾਈ ਸੇਵਕ ਵਾਰਡ ਅਟੈਂਡੈਂਟ 8000 ਰੁਪਏ ਬਿਨਾ ਸਾਡੀ ਇੱਕ ਵੀ ਬੱਸ ਨਹੀਂ ਚੱਲਦੀ ਦਿਹਾੜੀ ਦਾ ਮਜ਼ਦੂਰ ਵੀ ਲੈਂਦਾ ਜਥੇਬੰਦੀਆਂ ਦਾ ਸਾਥ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਸਾਡੀਆਂ ਖਬਰਾਂ ਸਾਡਾ ਤਰੱਦਲ ਸਾਡੀਆਂ ਕੋਸ਼ਿਸ਼ਾਂ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ ਇਸ ਵੇਲੇ ਪਹੁੰਚੇ ਹੋਏ ਹਾਂ ਕਿਸਾਨਾਂ ਨੇ ਜਿੱਥੇ ਜਾਮ ਕੀਤਾ ਹੈ ਨੈਸ਼ਨਲ ਹਾਈਵੇ ਚਹਿਲਾਂ ਵਾਲਾ ਪੁਲ ਆ ਇਹ ਇੱਥੇ ਪਹੁੰਚੇ ਹੋਏ ਹਾਂ ਇਹਦੇ ਥੱਲੇ ਕਿਸਾਨ ਯੂਨੀਅਨ ਨੇ ਸੰਘਰਸ਼ ਜਿਹੜਾ ਸੰਯੁਕਤ ਮੋਰਚਾ ਉਹਨਾਂ ਦੇ ਕਹਿਣ 'ਤੇ ਜਿਹੜਾ ਉਹਨਾਂ ਦੇ ਅੱਜ ਐਲਾਨ ਸੀਗਾ ਬੰਦ ਕੀਤਾ ਜਾਣਾ ਸੀ 27 ਦਾ ਉਹ ਬੰਦ ਕੀਤਾ ਹੋਇਆ
ਕਿਸਾਨ ਯੂਨੀਅਨਾਂ ਸਾਰੀਆਂ ਲਗਭਗ ਇਕੱਠੀਆਂ ਹੋਈਆਂ, ਪਿੰਡਾਂ ਤੋਂ ਲੋਕ ਪਹੁੰਚੇ ਹੋਏ ਆ, ਮੁਲਾਜ਼ਮ ਪਹੁੰਚੇ ਹੋਏ ਆ, ਲਗਭਗ ਸਾਰੇ ਹੀ ਇੱਥੇ ਇਕੱਠੇ ਹੋਏ ਆ। ਅੱਜ ਐਤਕੀ ਕੋਈ ਵੀ ਮੁਲਾਜ਼ਮ ਜਥੇਬੰਦੀ ਆ ਜਿਹੜੀ ਇੱਥੇ ਨਹੀਂ ਹੈਗੀ, ਕਿਉਂਕਿ ਇੱਥੇ ਨਾ ਪਹੁੰਚੀ ਹੋਵੇ ਵੀ ਪਹੁੰਚੀ ਹੋਈ ਆ। ਅਤੇ ਜਿਹੜੇ ਕਿਸਾਨ ਆਗੂ ਆਏ ਜ਼ਿਆਦਾਤਰ ਇਹ ਕਹਿ ਰਹੇ ਆ ਕਿ ਇੱਥੇ ਲੋਕ ਆ ਜਿਹੜੇ ਕਿਸਾਨ ਆ ਉਹ ਇਹਨਾਂ ਸੰਘਰਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਰੋਲ ਅਦਾ ਕਰਨ ਕਿ ਚਿੜੀ ਵਾਲਾ ਰੋਲ ਅਦਾ ਕਰਨ ਕਿ ਹਰ ਇੱਕ ਬੰਦਾ ਕਿ ਚਿੜੀ ਨੇ ਆਪਣਾ ਰੋਲ ਅਦਾ ਕੀਤਾ ਸੀ ਪੱਗ ਬਝਾਉਣ ਦੇ ਵਿੱਚ, ਉਸ ਤਰ੍ਹਾਂ ਦਾ ਆਪਣਾ ਰੋਲ ਅਦਾ ਕਰਨ ਅਤੇ ਇਸ ਤਰ੍ਹਾਂ ਦਾ ਰੋਲ ਅਦਾ ਨਾ ਕਰਨ ਕਿ ਪਹਾੜਾ ਸਿੰਘ ਵਾਂਗ, ਕਿਉਂਕਿ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਅਤੇ ਸਿੰਘਾਂ ਨਾਲ ਸੀ ਗੈਰ ਸਾਨੀ, ਉਸ ਵਾਂਗਦਾਰੀ ਨਾ ਕੀਤੀ ਜਾਵੇ, ਚਿੜੀ ਵਾਲਾ ਰੋਲ ਕੀਤਾ। ਕਿਸਾਨਾਂ ਦੀ ਅੱਜ ਇਹੀ ਸਾਰਿਆਂ ਨੂੰ ਅਪੀਲ ਕਰ ਰਹੇ ਆ, ਸਾਰੇ ਕਿਸਾਨ ਇਹੀ ਸੰਬੋਧਨ ਕਰ ਰਹੇ ਆ ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ, ਲਾਈਵ ਦਿਖਾਉਂਦੇ ਹਾਂ ਕੀ ਸੰਬੋਧਨ ਕਰ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ। ਪੂਰੇ ਇੱਕ ਸਾਲ ਸਾਨੂੰ ਸੰਘਰਸ਼ ਨੂੰ ਜੋ ਚੱਲਦਿਆਂ ਹੋ ਗਿਆ, ਤੁਸੀਂ ਬਹਾਦਰ ਹੋ। ਇਸ 10 ਮਹੀਨੇ ਦੇ ਸਮੇਂ ਵਿੱਚ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਬੜੀਆਂ ਚਾਲਾਂ ਚੱਲੀਆਂ ਇਸ ਸੰਘਰਸ਼ ਨੂੰ ਖਤਮ ਕਰਨ ਵਾਸਤੇ, ਪਰ ਜੋ ਤੁਹਾਡੀ ਲਗਨ, ਤੁਹਾਡੀ ਭਾਵਨਾ, ਤੁਹਾਡਾ ਪੱਕਾ ਇਰਾਦਾ ਜੋ ਹੈ ਸਰਕਾਰ ਨੂੰ ਹਮੇਸ਼ਾ ਫੇਲ ਕਰਦਾ ਰਿਹਾ। ਆ ਪਿਛਲੇ ਦਿਨ ਜਦ ਸਾਰੀਆਂ ਚਾਲਾਂ ਖਤਮ ਹੋ ਗਈਆਂ ਤਾਂ ਫਿਰ ਕਰਨਾਲ ਦੇ ਵਿੱਚ ਇੱਕ ਵਡਾਂਗ ਸੋਟੀ ਵਾਲਾ ਕੁੱਟ ਮਾਰ ਕਰਨ ਵਾਲਾ ਤਰੀਕਾ ਅਪਣਾਇਆ ਸਰਕਾਰ ਨੇ। ਸਾਡਾ ਇੱਕ ਕਿਸਾਨ ਸ਼ਹੀਦ ਹੋਇਆ, ਸੱਟਾਂ ਲੱਗੀਆਂ, ਪਰ ਸਰਕਾਰ ਦੇ ਜੋ ਮਨਸੂਬੇ ਸੀ ਉਸਦੇ ਉਲਟ ਪਏ। ਸਾਡਾ ਜੋ ਸੰਘਰਸ਼ ਹੋਰ ਉੱਪਰ ਉਭਰਿਆ ਤੁਹਾਡੇ ਸਹਿਯੋਗ ਦੇ ਨਾਲ, ਸਰਕਾਰ ਕਹਿੰਦੀ ਸੀ ਕਿ ਸੰਘਰਸ਼ ਪੰਜਾਬ ਦਾ ਹੀ ਸੰਘਰਸ਼ ਹੈ, ਪੰਜਾਬ ਦੇ ਲੋਕ ਹੀ ਇਸ ਸੰਘਰਸ਼ ਨੂੰ ਚਲਾ ਰਹੇ ਹੈ, ਪਰ ਫਿਰ ਕਹਿਣ ਲੱਗ ਪਈ ਹਰਿਆਣਾ ਨਾਲ ਹੈ। ਪਰ ਜਦ ਮੁਜ਼ੱਫਰਨਗਰ ਪਿਛਲੇ ਦਿਨੀ ਜਦ ਉੱਥੇ ਕਾਨਫਰੰਸ ਹੋਈ, ਜਿਹੜੇ ਵੀ ਗਏ ਹੈ ਦੇਖਿਆ, ਉਹਨਾਂ ਨੇ ਕੋਈ ਸੜਕਾਂ ਨਹੀਂ ਚੱਲ ਰਹੀਆਂ ਸੀ ਸੰਗਤ ਨੂੰ, ਕੋਈ ਪੁਲ ਨਹੀਂ ਚੱਲ ਰਹੇ ਸੀ, ਕੋਈ ਉਹ ਵੱਡਾ ਗਰਾਊਂਡ ਨਹੀਂ ਚੱਲ ਰਿਹਾ ਸੀ। ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਇਕੱਤਰ ਹੋ ਕੇ ਸਰਕਾਰ ਨੂੰ ਦੱਸ ਦਿੱਤਾ ਕਿ ਜੋ ਸੰਘਰਸ਼ ਹੈ ਇਹ ਇਕੱਲੇ ਪੰਜਾਬ ਦਾ ਸੰਘਰਸ਼ ਨਹੀਂ, ਇਹ ਇਕੱਲੇ ਹਰਿਆਣੇ ਦਾ ਸੰਘਰਸ਼ ਨਹੀਂ ਹੈ, ਇਹ ਸਾਰੇ ਦੇਸ਼ ਦਾ ਸੰਘਰਸ਼ ਹੀ ਨਹੀਂ ਰਹਿ ਗਿਆ, ਇਹ ਤਾਂ ਸਾਰੀ ਦੁਨੀਆ ਦਾ ਸੰਘਰਸ਼ ਬਣ ਗਿਆ। ਅੱਜ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੀ ਇਹ ਬਿਆਨ ਦਿੰਦੀਆਂ ਮੋਦੀ ਨੂੰ ਕਿ ਪ੍ਰਾਈਮ ਮਿਨਿਸਟਰ ਸਾਹਿਬ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ, ਤੁਹਾਨੂੰ ਗੱਲ ਸੁਣਨੀ ਚਾਹੀਦੀ ਹੈ, ਕਿਸਾਨਾਂ ਦੀ ਨਿਵੇੜਾ ਕਰਨਾ ਚਾਹੀਦਾ। ਜਿਹੜਾ ਪ੍ਰਧਾਨ ਮੰਤਰੀ ਹਰ ਰੋਜ਼ ਬਾਹਰਲੇ ਦੇਸ਼ਾਂ ਦੀਆਂ ਉਡਾਨਾਂ ਭਰਦਾ ਸੀ, ਆ ਕੱਲ ਪਰਸੋਂ ਗਿਆ ਅਮਰੀਕਾ, ਕੀ ਹਾਲ ਹੋਇਆ, ਕਿੰਨਾ ਵਿਰੋਧ ਹੋਇਆ, ਇਹ ਸਾਰਾ ਤੁਹਾਡੀ ਭਾਵਨਾ ਦਾ, ਤੁਹਾਡੇ ਸੱਚੇ ਸੰਘਰਸ਼ ਦਾ, ਜੋ ਤੁਸੀਂ ਜਨਤੀ ਲੜਾਈ, ਲੋਕਾਂ ਦੀ ਲੜਾਈ, ਸਾਰੇ ਦੇਸ਼ ਦੀ ਲੜਾਈ, ਰੋਜ਼ੀ ਰੋਟੀ ਦੀ ਲੜਾਈ ਜੋ ਹੈ ਤੁਸੀਂ ਲੜ ਰਹੇ ਹੋ, ਇਹ ਸਾਰਾ ਉਸੇ ਲਈ ਹੈ, ਇਹ ਸਿੱਧ ਹੈ। ਭਰਾਵੋ, ਇਹ ਸੰਘਰਸ਼ ਦੇ ਵਿੱਚ ਐਡਾ ਸੌਖਾ ਨਹੀਂ ਚੱਲ ਰਿਹਾ, ਚਾਹੇ ਸਰਕਾਰਾਂ ਅੱਜ ਕੁਝ ਦੱਸ ਨਹੀਂ ਰਹੀਆਂ, 600 ਤੋਂ ਉੱਪਰ ਸਾਡਾ ਕਿਸਾਨ ਭਰਾ ਉੱਥੇ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਿਆ, ਸ਼ਹਾਦਤ ਪਾ ਗਿਆ। ਅਸੀਂ ਉਹਨਾਂ ਸ਼ਹਾਦਤਾਂ ਨੂੰ ਵੀ ਦੇਖਣਾ, ਉਹਨਾਂ ਦਾ ਭਰਾਵੋ ਮੁੱਲ ਪਾਉਣਾ। ਕੋਈ ਇਕੱਲਾ ਇਕੱਲਾ ਕਿਸਾਨ ਭਰਾ ਸੀ ਚੱਲਿਆ ਗਿਆ, ਰੋਜ਼ੀ ਰੋਟੀ ਦਾ ਮਸਲਾ ਚੱਲਿਆ ਗਿਆ, ਕੋਈ ਭੈਣਾਂ ਦਾ ਇਕੱਲਾ ਭਰਾ ਸੀ ਉਹ ਚੱਲਿਆ ਗਿਆ, ਕਿਸੇ ਦਾ ਬਾਪ ਚੱਲਿਆ ਗਿਆ, 600 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋ ਗਏ ਨੇ। ਸਰਕਾਰਾਂ ਚਾਹੇ ਭਰਾਵੋ